ਜੇਈ ਦਾ ਐਗਜ਼ਾਮ ਹੁੰਦਾ ਹੈ, ਜਨਵਰੀ 'ਚ ਵੀ ਐਗਜ਼ਾਮ ਫਿਰ ਹੁੰਦਾ ਹੈ, ਮਈ 'ਚ ਵੀ ਐਗਜ਼ਾਮ ਜਨਾਬ, ਹੁੰਦਾ ਫਿਰ ਤਾਂ ਦੋਨਾਂ ਫਿਰ ਬੱਚਿਆਂ ਤੇ ਦੇ, ਐਨਟੀਏ ਦਾ ਦੋਨਾਂ 'ਚ ਜਲੂਸ ਵਿੱਚ ਉਹਦੇ ਲਿਖੇਗਾ ਨਾ ਬੈਸਟ ਰਿਜ਼ਲਟ ਕਿ ਹੁੰਦਾ ਉਹ ਹੈ ਤਾਂ ਸਾਰੇ ਰੈਕਟ ਨੂੰ ਰਿਜ਼ਲਟ, ਜਿਹੜਾ ਮਤਲਬ ਤੁਸੀਂ ਤਾਂ ਸਾਰੇ ਰਿਜ਼ਲਟ ਨੂੰ ਹੀ ਚੈਲੰਜ ਕਰਤਾ ਨਾ, ਫਿਰ ਤਾਂ ਤੁਸੀਂ ਸਾਰਾ ਰਿਜ਼ਲਟ ਹੀ ਖਤਮ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਦੁਬਾਰਾ ਹੀ ਐਗਜ਼ਾਮ ਕੰਡਕਟ ਕਰ ਲਿਆ ਜਾਵੇ ਤਾਂ ਫਿਰ ਨਹੀਂ ਨਹੀਂ ਸਵਾਲ ਤਾਂ ਸਰ ਇਹ ਬਟ ਹੈ ਨਾ ਕੁਝ ਕੁ ਕਿ ਐਨਟੀਏ ਤੇ ਫਿਰ ਇੱਕ ਵੱਡਾ ਸਵਾਲ ਹੈ। ਕੁਝ ਕੈਂਡੀਡੇਟ ਇਹੋ ਜਿਹੇ ਹੈਗੇ ਆ ਜਿਹੜੇ ਕਹਿੰਦੇ ਪਏ ਆ ਕਿ ਆਪਾਂ ਸਾਨੂੰ ਰਿਜ਼ਲਟ ਨਹੀਂ ਨਹੀਂ ਚਾਹੀਦਾ, ਬਿਲਕੁਲ ਠੀਕ ਹੈ, ਮੰਨ ਲਓ ਕਿ ਜਿਹੜੇ 70% ਆਪਾਂ ਮੰਨ ਲੈਂਦੇ ਹਾਂ ਕਿ 70% ਬੱਚੇ ਕਹਿੰਦੇ ਪਏ ਆ ਕਿ ਕੁਛ ਇਹੋ ਜਿਹੇ ਵੀ ਬੱਚੇ ਹੋਣੇ ਆ ਜਿਹੜੇ ਕਹਿੰਦੇ ਪਏ ਕਿ ਨਹੀਂ ਆਪਾਂ ਦੁਬਾਰਾ ਨਹੀਂ ਪੜ੍ਹ ਸਕਦੇ, ਉਸ ਦਿਨ ਦੇ ਵੀ ਬੱਚੇ ਬੈਠਾ ਪਏ, ਨਾਲ ਇੱਕ ਬੱਚਾ ਬੈਠਾ ਹੋਇਆ ਸੀ ਉਹ ਦੇਣ 'ਚ ਇੰਟਰਸਟ ਨਹੀਂ ਹੈਗਾ, ਬਟ ਜਿਹੜੇ ਬੱਚੇ ਦੇਣਾ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਹੋਈ ਹੈ ਔਰ ਉਹ ਸੁਪਰੀਮ ਕੋਰਟ ਤੱਕ ਨਹੀਂ ਪਹੁੰਚ ਸਕੇ, ਔਰ ਚੰਡੀਗੜ੍ਹ ਦੀਆਂ ਜਿੰਨੀਆਂ ਵੀ ਐਪਲੀਕੇਸ਼ਨਾਂ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਇਹਨਾਂ ਨੇ ਵੀ ਹਾਈਕੋਰਟ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਨਹੀਂ ਜਾਏਗੀ, ਕੋਈ ਰਿਸੀਵ ਨਹੀਂ ਹੋਏਗੀ, ਔਰ ਉਹ ਬੱਚੇ ਸੁਪਰੀਮ ਕੋਰਟ ਤੱਕ ਨਹੀਂ ਪਹੁੰਚ ਸਕੇ, ਐਟਲੀਸਟ ਉਹਨਾਂ ਨੂੰ ਇੱਕ ਦੂਸਰਾ ਮੌਕਾ ਮਿਲ ਜਾਵੇ, ਚਲੋ ਜੇ ਉਹਨਾਂ ਨੂੰ ਮਿਲਿਆ ਬਿਲਕੁਲ, ਮੈਂ ਆ ਗਿਆ ਤੁਹਾਡੇ ਕੋਲ, ਮੈਂ ਕੋਹਲੀ ਸਾਹਿਬ ਕੋਲ ਚੱਲਦਾ, ਮੈਂ ਕਹਿਣ ਦਾ ਮਤਲਬ ਤੁਹਾਡਾ ਸਮਝ ਗਿਆ, ਮੈਂ ਲੋਕਾਂ ਨੂੰ ਥੋੜੇ ਸਰਲ ਭਾਸ਼ਾ ਸਮਝਾਉਣਾ ਜਿਵੇਂ ਪਾਰਲ ਸਾਹਿਬ ਕਰਨੇ ਕਿ ਜੇ ਤੁਸੀਂ ਉਹ ਬੱਚਿਆਂ ਨੂੰ ਮੌਕਾ ਦੇ ਰਹੇ ਹੋ ਸਿਰਫ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਗ੍ਰੇਸ ਮਾਰਕਸ ਦਿੱਤੇ ਨੇ ਤੇ ਇਹ ਆਪਸ਼ਨ ਸਾਰੇ ਬੱਚਿਆਂ ਲਈ ਖੋਲ ਦਿਓ ਕਿ ਜਿਹੜੇ ਪਹਿਲਾ ਹੀ ਲੀਕ ਔਰ ਦੂਸਰਾ ਹੀ ਗ੍ਰੇਸ, ਇਹਨੂੰ ਮੰਨਦੇ ਹੋ? ਜੀ ਜੀ ਠੀਕ ਹੈ ਨਾ, ਬਿਲਕੁਲ ਬਿਲਕੁਲ, ਔਰ ਪਟੀਸ਼ਨ ਜਿਹੜੀ ਹਜੇ ਤੱਕ ਜਿਹੜੀ ਫਾਈਲ ਹੋਈ ਹੈ ਜਿਹੜੀ ਐਕਸੈਪਟ ਹੋਈ ਹੈ ਦੈਟ ਇਜ਼ ਓਨਲੀ ਫਾਰ ਦਾ ਗ੍ਰੇਸ, ਹਜੇ ਤੱਕ ਕੈਂਸਲ ਵਾਲੀ ਫਾਈਲ ਨਹੀਂ ਹੋਈ, ਤੇ ਜਦੋਂ ਉਹ ਫਾਈਲ ਹੋ ਜਾਏਗੀ ਤਾਂ ਉਸ ਤੋਂ ਬਾਅਦ ਜਾ ਕੇ, ਕਿਉਂਕਿ ਇਹਨਾਂ ਨੇ ਕਾਉਂਸਲਿੰਗ ਨਹੀਂ ਰੋਕੀ, ਦੋ ਚੀਜ਼ਾਂ ਅਸੈਪਟ ਆਪਾਂ ਮੰਗਦੇ ਪਏ ਹਾਂ, ਇੱਕ ਰੀ ਐਗਜ਼ਾਮ ਦੇ ਲਈ ਜਿਹੜਾ ਕਰਵਾਉਣਾ ਹੈ ਉਸ ਦੋਨਾਂ ਦੇ ਲਈ ਅਸੈਪਟ ਕਰ ਦਿੱਤਾ ਜਾਏ, ਜਿਹੜੇ ਬੱਚੇ ਦੇਣਾ ਚਾਹੁੰਦੇ ਉਹ ਵੀ ਦੇ ਦੇਣ, ਜਿਹੜੇ ਨਹੀਂ ਹੈ ਠੀਕ ਹੈ। ਦੂਸਰੀ ਚੀਜ਼ ਕਾਉਂਸਲਿੰਗ ਤੇ ਰੋਕ ਲਾ ਦਿੱਤੀ ਜਾਵੇ ਫਿਲਹਾਲ ਜਦ ਤੱਕ ਕਲੀਅਰ ਨਹੀਂ ਹੁੰਦਾ ਸਭ ਕੁਝ, ਕਾਉਂਸਲਿੰਗ ਹੈ ਨਾ ਉਹ ਐਟਲੀਸਟ ਸਟੇ। ਚਲੋ ਮੈਂ ਇੱਕ ਮਿੰਟ ਆ ਗਿਆ, ਮੇਰੇ ਨਾਲ ਹਰਪ੍ਰੀਤ ਵੀ ਜੁੜੇ ਹੋਏ ਨੇ, ਤਮਾਮ ਇਨਫੋਰਮੇਸ਼ਨ ਉਹਨਾਂ ਕੋਲ ਵੀ ਹੈ। ਹਰਪ੍ਰੀਤ, ਜਿਹੜੀ ਗੱਲ ਪਾਰਲ ਸਾਹਿਬ ਕਹਿ ਰਹੇ ਨੇ ਕਿ ਹਲੇ ਤੱਕ ਸਿਰਫ ਪਟੀਸ਼ਨ ਦੀ ਸੁਣਵਾਈ ਉਸ ਤੇ ਹੋਈ ਹੈ ਜਿਹੜੀ ਗ੍ਰੇਸ ਮਾਰਕਸ ਦਿੱਤੇ ਗਏ ਨੇ, ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੇ ਪੇਪਰ ਲੀਕ ਤੇ ਪਾਇਆ ਕਿ ਲੀਕ ਹੋ ਗਿਆ ਪੇਪਰ, ਇਸ ਕਰਕੇ ਰੱਦ ਕੀਤਾ ਜਾਵੇ, ਉਸ ਅਸੀਂ ਰੋਕ ਨਹੀਂ ਸਕਦੇ, ਕਾਉਂਸਲਿੰਗ ਨੂੰ ਅਸੀਂ ਰੋਕ ਨਹੀਂ ਸਕਦੇ। ਬਟ ਕਾਉਂਸਲਿੰਗ ਤੇ ਮੈਂ ਇੱਕ ਥੋੜੀ ਜੀ ਗੱਲ ਐਡ ਕਰਨਾ ਚਾਹੁੰਦਾ, ਮੈਂ ਦੂਸਰੇ ਚੈਨਲ 'ਚ ਵੀ ਰਿਵੀਲ ਕੀਤਾ ਸੀਗਾ, ਕਾਉਂਸਲਿੰਗ ਪ੍ਰੋਸੈਸ ਦੇ ਲਈ ਮੈਂ ਤੁਹਾਡੇ ਲਈ ਥੋੜੀ ਤੁਹਾਡੀ ਜਾਣਕਾਰੀ ਦੇ ਲਈ ਥੋੜਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕਾਉਂਸਲਿੰਗ ਕਰਨਾ ਹਰ ਸਾਲ, ਠੀਕ ਹੈ ਜੀ, ਸੋ ਹਰ ਸਾਲ ਤੋਂ 5 ਸਾਲ ਤੋਂ ਕਾਉਂਸਲਿੰਗ ਕਰਨਾ, ਕਾਉਂਸਲਿੰਗ ਕਰਨਾ ਇੱਕ ਛੋਟਾ ਮੋਟਾ ਪ੍ਰੋਸੈਸ ਨਹੀਂ ਹੈ। ਕਾਉਂਸਲਿੰਗ ਦੇ ਵਿੱਚ ਇੱਕ ਛੋਟਾ ਬੱਚਾ 10,000 ਦਾ ਪੇ ਕਰਦਾ, ਸਭ ਤੋਂ ਪਹਿਲਾਂ 10,000 ਰੁਪਇਆ ਕਾਉਂਸਲਿੰਗ ਵਾਲਾ ਬੱਚਾ ਜੋ ਉਹ ਪੇ ਕਰਦਾ, ਫਿਰ ਉਸ ਤੋਂ ਬਾਅਦ 10,000 ਤੋਂ ਲੈ ਕੇ 2,00,000 ਰੁਪਇਆ ਇੱਕ ਬੱਚਾ ਪੇ ਕਰਦਾ ਸਰ ਕਾਉਂਸਲਿੰਗ ਦੇ ਲਈ, ਇੱਕ ਸਰਕਾਰੀ ਕਾਲਜ ਦੇ ਲਈ 10,000 ਔਰ ਇੱਕ ਡੀਮਡ ਯੂਨੀਵਰਸਿਟੀ ਲਈ ਸੈਮੀ ਗਵਰਨਮੈਂਟ ਦੇ ਲਈ ਜਿਹੜੀ 1,00,000 ਰੁਪਇਆ ਔਰ ਇੱਕ ਡੀਮਡ ਯੂਨੀਵਰਸਿਟੀ ਲਈ 2,00,000 ਰੁਪਇਆ, ਜਦੋਂ ਦੋ ਇੰਨਾ ਅਮਾਊਂਟ ਜਿਹੜਾ ਹਿਊਜ ਅਮਾਊਂਟ ਜਿਹੜਾ ਇਕੱਠਾ ਹੋ ਜਾਏਗਾ, ਉਸ ਤੋਂ ਬਾਅਦ ਜਾ ਕੇ ਸੁਪਰੀਮ ਕੋਰਟ ਜਿਹੜਾ ਜਵਾਬ ਦੇ ਉਹਨੂੰ ਨੂੰ ਕੈਂਸਲ ਕਰੇਗੀ, ਤਾਂ ਉਹ ਤਾਂ ਬਹੁਤ ਜ਼ਿਆਦਾ ਬਫਲ ਹੀ ਹੋ ਜਾਏਗਾ ਸਾਰਾ ਦਾ ਸਾਰਾ। ਬਸ ਮੈਂ ਇਹਦਾ ਕੁਐਸਚਨ ਹੈ, ਬਸ ਮੈਨੂੰ ਇੰਨਾ ਹੈ। ਚਲੋ ਠੀਕ ਹੈ ਜੀ, ਡਿਸਕਸ਼ਨ ਕੀਤੀ ਜਾ ਸਕਦੀ ਸੀ ਕਿ ਦੁਬਾਰਾ 23 ਤਰੀਕ ਨੂੰ ਪੇਪਰ ਹੋ ਰਿਹਾ, ਹਾਂ ਉਹ ਜਿਸ ਬੱਚੇ ਨੂੰ ਪ੍ਰੋਬਲਮ ਹੈਗੀ ਹੈ ਉਹ ਬੱਚਾ ਸਾਰੇ ਬੱਚੇ ਅਪਲਾਈ ਕਰ ਲੈਣ, ਸਿਰਫ ਔਰ ਸਿਰਫ 1523 ਬੱਚੇ ਕੈਂਡੀਡੇਟ ਅਪਲਾਈ ਨਾ ਕਰਨ, ਜਿੰਨੇ ਬੱਚੇ ਨੂੰ ਜਿਸ ਬੱਚੇ ਨੂੰ ਪ੍ਰੋਬਲਮ ਹੈ ਤੇ ਜਸਟਿਸ ਤੇ ਸਾਰਿਆਂ ਦੇ ਸਾਰੇ ਆਲ ਓਵਰ ਥਰੂ ਓਵਰ ਇੰਡੀਆ 'ਚ ਹੋਣਾ ਚਾਹੀਦਾ, ਜਿਸ ਬੱਚੇ ਨੂੰ ਪ੍ਰੋਬਲਮ ਹੈ ਕੈਂਡੀਡੇਟ ਆਈ ਆਪਾਂ ਪੇਪਰ ਨਹੀਂ ਦੇਣਾ ਚਾਹੁੰਦੇ, ਬਟ ਕਿੰਨੇ ਬੱਚਿਆਂ ਦੇ ਨਾਲ ਜਿਨ੍ਹਾਂ ਨੂੰ ਪ੍ਰੋਬਲਮ ਹੋਈ ਹੈ ਉਹ ਦੁਬਾਰਾ ਪੇਪਰ ਦੇ ਲੈਣ, ਉਹ ਦੋਨੋਂ ਸੈਟੀਸਫਾਈਡ ਹੋ ਜਾਣਗੇ, ਸੁਪਰੀਮ ਕੋਰਟ ਦਾ ਆਪਣਾ ਡਿਸੀਜਨ ਹੋ ਜਾਏਗਾ, ਆਪਾਂ ਵੀ ਸੈਟੀਸਫਾਈਡ ਹੋ ਜਾਵਾਂਗੇ ਕਿ ਸੁਪਰੀਮ ਕੋਰਟ ਨੇ ਲੈ ਜੀ ਸਾਰਿਆਂ ਦਾ ਬੱਚਿਆਂ ਦਾ ਵੀ ਭਵਿੱਖ ਬਾਰੇ ਸੋਚਿਆ ਔਰ ਐਨਟੀਏ ਦਾ ਵੀ ਜਿਹੜੀ ਐਲੀਗੇਸ਼ਨ ਲੱਗੀ ਸੀ ਉਹ ਉਹਨਾਂ ਨੇ ਵਿਦਡਰਾ ਕਰ ਲਈ, ਬਟ ਦਾ ਪ੍ਰੋਬਲਮ ਇਜ਼ ਦਿਸ ਕਿ ਜਿਹੜੀ ਉਹਨਾਂ ਨੂੰ ਇਹ ਕਰ ਇਹ ਮੋਡੀਫਾਈਡ ਜਿਹੜਾ ਹੋਣਾ ਚਾਹੀਦਾ ਸੀ ਸੁਪਰੀਮ ਕੋਰਟ ਵੱਲੋਂ ਐਡੀਸ਼ਨ ਇਹ ਹੋਣੀ ਚਾਹੀਦੀ ਸੀ, ਸਿਰਫ 1563 ਕੈਂਡੀਡੇਟ ਨਹੀਂ, ਕਿਉਂਕਿ ਦੇਖੋ ਜੀ ਇੱਕ ਦੂਸਰਾ ਪੇਪਰ ਹੁੰਦਾ ਜੇਈ ਦਾ, ਜੇਈ ਦੇ ਵਿੱਚ ਵੀ ਇੱਦਾਂ ਹੀ ਹੁੰਦਾ, ਉਹ ਜਨਵਰੀ 'ਚ ਵੀ ਬੱਚਾ ਪੇਪਰ ਦੇ ਸਕਦਾ ਤੇ ਮਈ 'ਚ ਵੀ ਪੇਪਰ ਦੇ ਸਕਦਾ, ਉਹ ਦੋਨਾਂ ਪੇਪਰ ਦੇ ਵਿੱਚੋਂ ਜਿਹਦੇ ਨੰਬਰ ਬੈਟਰ ਹੋਣਗੇ ਉਹੀ ਬੱਚੇ ਦੇ ਰਿਜ਼ਲਟ ਮਾਰਕਸ ਜਿਹੜੇ ਉਹ ਕਾਊਂਟ ਹੁੰਦੇ ਆ, ਤੇ ਸੇਮ ਕੇਸ ਨੀਟ ਦੇ ਵਿੱਚ ਵੀ ਇੱਦਾਂ ਹੋ ਜਾਂਦਾ, ਜਿਹੜੇ ਬੱਚੇ ਨੇ ਪਹਿਲਾਂ ਜਿਹੜੇ ਬੱਚੇ ਪੇਪਰ ਦੇ ਚੁੱਕੇ ਆ
ਉਹਨਾਂ ਦਾ ਦੁਬਾਰਾ ਪੇਪਰ ਨਾ ਲਓ, ਜਿਹੜੇ ਦੇਣਾ ਚਾਹੁੰਦੇ ਆ ਉਹਨਾਂ ਦਾ ਲੈ ਲਓ, ਦੁਬਾਰਾ ਐਪਲੀਕੇਸ਼ਨ ਕਰੋ ਕਿਉਂਕਿ ਪ੍ਰੋਸੈਸ ਤਾਂ ਲੰਬਾ ਚੱਲਣਾ। ਦੁਬਾਰਾ ਜਵਾਬ ਜੀ ਵਿਦਿਆਰਥੀਆਂ ਤੋਂ ਹੀ ਲੈ ਲੈਂਦੇ ਹਾਂ। ਜਲੰਧਰ ਤੋਂ ਕੁਝ ਸਟੂਡੈਂਟ ਸਾਡੇ ਨਾਲ ਬਣੇ ਹੋਏ ਨੇ। ਅਮਿਤ ਬਾਰਲ,